ਤੇਰੇ ਬੇਟੇ ਦਾ ਮੁਕਾਮ ਮੈਂ ਇੰਨਾ ਕਰ ਦਿਆਂਗਾ ਕਿ ਕੁੱਲ ਕਾਇਨਾਤ ਤੋਂ ਵੱਧ ਕੇ ਮੁਕਾਮ ਹੋਏਗਾ ਤੇ ਤੇਰੇ ਬੇਟੇ ਦਾ ਹੋਏਗਾ। ਐ ਆਮਨਾ, ਤੇਰਾ ਬੇਟਾ ਸਾਰੀ ਦੁਨੀਆ ਤੋਂ ਬੁਲੰਦ ਮੁਕਾਮ ਲੈ ਕੇ ਆਏਗਾ ਔਰ ਕੁੱਲ ਕਾਇਨਾਤ ਦਾ ਰਹਿਨੁਮਾ ਬਣ ਕੇ ਆਏਗਾ। ਔਰ ਫਿਰ ਵਕਤ ਗੁਜ਼ਰਦਾ ਗੁਜ਼ਰਦਾ 571 ਈਸਵੀ ਆਈ, ਸੋਮਵਾਰ ਦਾ ਦਿਨ, ਰਬੀਉਲ ਅਵਲ ਦੀ 9 ਤਾਰੀਖ, ਅਪ੍ਰੈਲ ਦੀ 20 ਤਾਰੀਖ, ਬਨੂ ਹਾਸ਼ਮ ਦੇ ਘਰਾਨੇ ਦੇ ਅੰਦਰ, ਅਬਦੁੱਲਾ ਦੇ ਘਰ, ਅੱਲਾਹ ਦੇ ਪਾਕ ਪੈਗੰਬਰ ਅਲੈਹਿ ਸਲਾਤੁ ਵਸਲਾਮ ਪੈਦਾ ਹੋਏ। ਸੋਮਵਾਰ ਵਾਲਾ ਦਿਨ ਜਦੋਂ ਆਕਾ ਦੀ ਵਿਲਾਦਤ ਦੇ ਬਾਸਾਦਤ ਹੋਈ। ਸੋਮਵਾਰ ਵਾਲਾ ਦਿਨ ਜਦੋਂ ਰਹਿਮਤੁਲ ਆਲਮੀਨ ਦੁਨੀਆ ਦੇ ਅੰਦਰ ਜਲਵਾ ਘਰ ਹੋਏ, ਉਧਰੋਂ ਆਕਾ ਦੀ ਵਿਲਾਦਤ ਹੋਈ, ਇਧਰੋਂ ਪੂਰੀ ਦੁਨੀਆ ਦੇ ਅੰਦਰ ਆਕਾ ਦੇ ਆਮਦ ਦਾ ਐਲਾਨ ਹੋ ਜਾਂਦਾ। ਇਸ ਵਕਤ ਆਕਾ ਦੀ ਨਬੂਵਤ ਦਾ ਐਲਾਨ ਹੋ ਜਾਂਦਾ ਔਰ ਨਬੂਵਤ ਦੀਆਂ ਨਿਸ਼ਾਨੀਆਂ ਜ਼ਾਹਰ ਹੋ ਜਾਂਦੀਆਂ ਨੇ। ਉਸ ਦੌਰ ਅੰਦਰ ਦੁਨੀਆ ਦੀ ਸੁਪਰ ਤਾਕਤ ਕਸਰਾ ਦੀ ਹਕੂਮਤ ਦੇ, ਇਸ ਹਕੂਮਤ ਨੇ ਆਪਣੀ ਸ਼ਾਨੋ ਸ਼ੌਕਤ ਵਾਸਤੇ ਆਪਣੇ ਮੁਹੱਲਾ ਦੇ ਅੰਦਰ 14 ਕੰਗਣ ਲਟਕਾਏ ਨੇ, ਜਿਹੜੇ ਇਹਨਾਂ ਹਕੂਮਤਾਂ ਦੀ ਸ਼ਾਨੋ ਸ਼ੌਕਤ ਦੀ ਨਿਸ਼ਾਨੀ ਨੇ। ਆਕਾ ਦੀ ਵਿਲਾਦਤ ਹੋਈ, ਅੱਲਾਹ ਦੇ ਪਾਕ ਪੈਗੰਬਰ ਜਨਾਬੀ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੁਨੀਆ ਦੇ ਅੰਦਰ ਤਸ਼ਰੀਫ ਲੈ ਆਏ। ਉਹ ਕੰਗਣ ਜਿਹੜੇ ਕੈਸਰੋ ਕਸਰਾ ਦੀਆਂ ਹਕੂਮਤਾਂ ਦੀ ਸ਼ਾਨੋ ਸ਼ੌਕਤ ਦਾ ਨਿਸ਼ਾਨ ਸੀ, ਅਜ਼ਮਤਾਂ ਦਾ ਨਿਸ਼ਾਨ ਸੀ, ਉਹ ਕੰਗਣ ਆਪਣੇ ਆਪ ਹੀ ਡਿੱਗ ਪੈਂਦੇ। ਅੱਲਾਹੁ ਅਕਬਰ। ਔਰ ਦੂਸਰੀ ਚੀਜ਼, ਮਜੂਸ ਦੀ ਅੱਗ। ਮਜੂਸੀ ਹਰ ਵਕਤ ਸਾਰਾ ਸਾਲ ਇਸ ਅੱਗ ਨੂੰ ਜਲਾ ਕੇ ਰੱਖਦੇ, ਸਾਰਾ ਸਾਲ ਅੱਗ ਨੂੰ ਬੁੱਝਣ ਨਹੀਂ ਦਿੰਦੇ। ਇਹ ਲੋਕ ਅੱਗ ਦੀ ਪੂਜਾ ਕਰਨ ਵਾਲੇ, ਜਦੋਂ ਆਕਾ ਦੀ ਵਿਲਾਦਤ ਹੋਈ, ਇਹ ਮਜੂਸ ਦੀ ਅੱਗ ਖੁਦ ਬਖੁਦ ਖਤਮ ਹੋ ਜਾਂਦੀ। ਇਹ ਬਲਦੀ ਅੱਗ ਜਿਹੜੀ ਸਾਰਾ ਸਾਲ ਕਦੀ ਬੁੱਝੀ ਨਹੀਂ ਸੀ, ਇਹ ਅੱਗ ਬੁੱਝ ਜਾਂਦੀ ਹੈ। ਔਰ ਤੀਸਰੀ ਚੀਜ਼, ਜਦੋਂ ਆਕਾ ਅਲੈਹਿ ਸਲਾਤੁ ਵਸਲਾਮ ਦੀ ਵਿਲਾਦਤ ਦੇ ਬਾਅਦ ਸਾਦਤ ਹੋਈ, ਵਕਤ ਦੇ ਬਾਦਸ਼ਾਹਾਂ ਨੇ, ਉਸ ਵਕਤ ਦੇ ਹੁਕਮਰਾਨਾਂ ਨੇ ਬੜੇ ਬੜੇ ਇੰਤਹਾਈ ਮਜ਼ਬੂਤ ਮਹੱਲ ਤਮੀਰ ਕੀਤੇ ਨੇ ਕਿ ਇਹਨਾਂ ਦਾ ਦਾਅਵਾ ਇਹ ਕਿ ਸਾਡੇ ਮਹੱਲਾਤ ਨੂੰ ਜ਼ਲਜ਼ਲੇ ਖਰਾਬ ਨਹੀਂ ਕਰ ਸਕਦੇ, ਸਾਡੇ ਮਹੱਲਾਤ ਨੂੰ ਕਿਸੇ ਕਿਸਮ ਦੀ ਕੋਈ ਚੀਜ਼ ਨੁਕਸਾਨ ਨਹੀਂ ਪਹੁੰਚਾ ਸਕਦੀ। ਇਹ ਮਹੱਲ ਜਦੋਂ ਆਕਾ ਅਲੈਹਿ ਸਲਾਮ ਦੁਨੀਆ ਦੇ ਅੰਦਰ ਜਲਵਾਗਰ ਹੋਏ, ਇਹਨਾਂ ਦੇ ਮਜ਼ਬੂਤ ਮਹੱਲਾਤ ਦੇ ਅੰਦਰ ਇੱਕ ਜ਼ਲਜ਼ਲਾ ਬਰਪਾ ਹੋ ਜਾਂਦਾ, ਇਹਨਾਂ ਦੀਆਂ ਦੀਵਾਰਾਂ ਟੁੱਟ ਜਾਂਦੀਆਂ ਨੇ। ਇਹ ਬਾਦਸ਼ਾਹ ਨਜੂਮੀਆਂ ਨੂੰ ਬੁਲਾ ਲੈਂਦੇ ਨੇ, ਇਹ ਬਾਦਸ਼ਾਹ ਕਾਹਨਾਂ ਨੂੰ ਬੁਲਾ ਲੈਂਦੇ ਨੇ, ਇਹ ਮਜੂਸੀ ਜਾਦੂਗਰਾਂ ਨੂੰ ਬੁਲਾ ਲੈਂਦੇ ਨੇ, ਸਵਾਲ ਕਰਦੇ ਨੇ ਸਾਡੇ ਮਹੱਲਾਤ ਜ਼ਲਜ਼ਲਾ ਕਿਵੇਂ ਆਇਆ, ਸਾਡੀ ਹਮੇਸ਼ਾ ਦੀ ਬਲਣ ਵਾਲੀ ਅੱਗ ਬੰਦ ਕੈਸੇ ਹੋ ਗਈ, ਬੁੱਝ ਕਿਵੇਂ ਗਈ, ਇਹ ਅਜ਼ਮਤਾਂ ਦੇ ਨਿਸ਼ਾਨ, ਇਹ ਸਾਡੇ ਕੰਗਣ ਡਿੱਗ ਕਿਵੇਂ ਪਏ। ਇਹ ਨਜੂਮੀ ਜਵਾਬ ਕੀ ਦਿੰਦੇ ਨੇ, ਇਹ ਕਾਹਨ ਜਵਾਬ ਦਿੰਦੇ ਨੇ, ਇਹ ਜਾਦੂਗਰ ਜਵਾਬ ਦਿੰਦੇ ਨੇ, ਉਹ ਮਹੱਲਾਤ ਰਹਿ ਕੇ ਹਕੂਮਤਾਂ ਕਰਨੇ ਵਾਲੋ, ਇਹ ਅੱਗ ਦੇ ਪੁਜਾਰੀਓ, ਅੱਗ ਦੀ ਪੂਜਾ ਕਰਨੇ ਵਾਲੋ, ਅੱਜ ਦੁਨੀਆ ਦੇ ਅੰਦਰ ਉਹ ਹਸਤੀ ਪੈਦਾ ਹੋ ਚੁੱਕੀ ਹੈ, ਅੱਜ ਉਹ ਨਬੀ ਦੁਨੀਆ ਦੇ ਅੰਦਰ ਮਬਊਸ ਹੋ ਚੁੱਕਿਆ ਹੈ, ਜਿਹਦਾ ਤਜ਼ਕਰਾ ਤੁਰਾਤ ਕਰ ਰਹੀ ਹੈ, ਜਿਹਦਾ ਤਜ਼ਕਰਾ ਅੰਜੀਲ ਕਰ ਰਹੀ ਹੈ, ਜਿਹਦੇ ਤਜ਼ਕਰੇ ਅੰਬਿਆ ਕਰਦੇ ਰਹੇ, ਜਿਹਦੇ ਤਰਜ ਤਜ਼ਕਰੇ ਦੁਨੀਆ ਦੇ ਅੰਦਰ ਹੁੰਦੇ ਰਹੇ, ਅੱਜ ਉਹ ਰਹਿਮਤੁਲ ਆਲਮੀਨ ਨਬੀ ਦੁਨੀਆ 'ਚ ਪੈਦਾ ਹੋ ਚੁੱਕਿਆ ਹੈ। ਅੱਲਾਹੁ ਅਕਬਰ। ਐ ਦੁਨੀਆ ਦੇ ਬਾਦਸ਼ਾਹ, ਨਜੂਮੀ ਦੱਸਦੇ ਨੇ ਇੰਨਾ ਪੱਕਾ ਨਜੂਮ ਹੈ ਉਸ ਦੌਰਾਨ ਦਾ, ਉਸ ਦੌਰ ਦਾ, ਕਿ ਨਜੂਮੀਆਂ ਨੇ ਇਹ ਦੱਸਿਆ ਕਿ ਇਮਾਮ ਕਾਇਨਾਤ, ਕੁੱਲ ਕਾਇਨਾਤ ਦੇ ਇਮਾਮ ਬਣਨ ਵਾਲੇ ਨੇ ਔਰ ਉਹਨਾਂ ਦਾ ਦੁਨੀਆ ਦੇ ਆਉਣ ਦਾ ਟਾਈਮ ਹੋ ਚੁੱਕਿਆ। ਫਿਰ ਜਦੋਂ ਆਕਾ ਪੈਦਾ ਹੋਏ, ਫਿਰ ਨਜੂਮੀਆਂ ਨੇ ਨਜੂਮ ਲਾ ਕੇ, ਉਹ ਆਪਣੇ ਆਪਣੇ ਮੁਕਾਮ ਦੇ ਨੇ, ਸ਼ਾਮ ਦੇ ਅੰਦਰ, ਕਸਰਾ ਦੇ ਅੰਦਰ, ਇਰਾਨ ਦੇ ਅੰਦਰ, ਮੁਖਤਲਿਫ ਸ਼ਹਿਰਾਂ ਮੁਲਕਾਂ ਦੇ ਅੰਦਰ
ਇਹਨਾਂ ਨੂੰ ਬੁਲਾਇਆ ਗਿਆ, ਜਾਦੂਗਰਾਂ ਨੂੰ ਬੁਲਾਇਆ ਗਿਆ, ਕਾਹਨਾਂ ਨੂੰ ਬੁਲਾਇਆ ਗਿਆ ਔਰ ਵਕਤ ਦੇ ਨਜੂਮੀਆਂ ਨੂੰ ਬੁਲਾਇਆ ਗਿਆ ਤੇ ਇਹਨਾਂ ਨੂੰ ਪੁੱਛਿਆ ਗਿਆ ਸਾਡੇ ਮਹੱਲਾਤ ਇਹਨਾਂ ਦੇ ਜਿਹੜੇ ਬੜੇ ਬੜੇ ਮਜ਼ਬੂਤ ਮਹੱਲ ਸਨ ਇਹਨਾਂ ਦੇ ਅੰਦਰ ਦਰਾੜਾਂ ਕਿਉਂ ਪਈਆਂ, ਸਾਡੇ ਅਜ਼ਮਤ ਦੇ ਨਿਸ਼ਾਨ ਜਿਹੜੇ ਕੰਗਣ ਲਟਕੇ ਸਨ ਇਹ ਕਿਉਂ ਗਿਰੇ। ਮਜੂਸੀਆਂ ਨੇ ਪੁੱਛਿਆ ਕਿ ਸਾਡੀ ਜਿਹੜੀ ਅੱਗ ਸਾਲਹਾ ਸਾਲ ਤੋਂ ਬਲਦੀ ਆ ਰਹੀ ਹੈ ਇਹ ਅੱਗ ਬੁੱਝ ਕਿਵੇਂ ਗਈ। ਇਹਨਾਂ ਦੱਸਿਆ ਹੈ ਦੁਨੀਆਂ ਦੇ ਬਾਦਸ਼ਾਹੋ ਹੁਣ ਤੁਹਾਡੀਆਂ ਹੁਕਮਰਾਨੀਆਂ ਖਤਮ ਹੋਣ ਦਾ ਵਕਤ ਆ ਚੁੱਕਿਆ, ਹੁਣ ਤੁਹਾਡੀਆਂ ਹਕੂਮਤਾਂ ਖਤਮ ਹੋ ਚੁੱਕੀਆਂ ਨੇ ਪੂਰੀ ਕਾਇਨਾਤ ਅੰਦਰ, ਹੁਣ ਹਕੂਮਤ ਚੱਲੇਗੀ ਤੇ ਮੁਹੰਮਦ ਦੇ ਅਰਬੀ ਦੀ ਚੱਲੇਗੀ। ਅੱਲਾਹ ਅਕਬਰ ਕਬੀਰਾ। ਇਹਨਾਂ ਨਚੂਮੀਆਂ ਨੇ ਨਚੂਮ ਲਾ ਕੇ ਦੱਸਿਆ ਔਰ ਐਸਾ ਵਕਤ ਸੀ ਕੋਈ ਅੱਗ ਦੀ ਪੂਜਾ ਕਰ ਰਿਹਾ, ਕੋਈ ਦਰਖਤਾਂ ਦੀ ਪੂਜਾ ਕਰ ਰਿਹਾ, ਕੋਈ ਸੂਰਜ ਦੀ ਪੂਜਾ ਕਰ ਰਿਹਾ, ਕੋਈ ਕਿਸੇ ਦਰ ਦੇ ਸਿਰ ਨੂੰ ਝੁਕਾ ਰਿਹਾ, ਕੋਈ ਬੁੱਤਾਂ ਦੀ ਪੂਜਾ ਕਰ ਰਿਹਾ, ਕੋਈ ਕਬਰਾਂ ਦੀ ਪੂਜਾ ਕਰ ਰਿਹਾ। ਕਹਿਣ ਵਾਲੇ ਬੜੇ ਅੰਦਾਜ਼ ਨਾਲ ਲੋਕੀ ਪੂਜਦੇ ਪਏ ਸਨ ਹਜਰਾਂ ਨੂੰ, ਔਰ ਲੋਕੀ ਪੂਜਦੇ ਪਏ ਸਨ ਹਜਰਾਂ ਨੂੰ, ਕੋਈ ਸ਼ਜਰਾਂ ਨੂੰ ਕੋਈ ਕਬਰਾਂ ਨੂੰ, ਉਹਨਾਂ ਦਰ ਦਰ ਦਿਆਂ ਪੁਜਾਰੀਆਂ ਨੂੰ ਇੱਕ ਦਰ ਤੇ ਸੋਨਾ ਝੁਕਾਉਣ ਆਇਆ। ਕਾਇਨਾਤ ਦਾ ਬਣ ਕੇ ਇਮਾਮ ਆਇਆ ਜਿੱਦੀ ਅਜ਼ਮਤ ਦੀ ਪੈ ਤੁਮ ਗਈ ਏ, ਜਿੱਦੀ ਅਜ਼ਮਤ ਦੀ ਪੈ ਤੁਮ ਗਈ ਏ, ਕਾਇਨਾਤ ਦਾ ਕੱਲਾ ਇਮਾਮ ਆਇਆ ਵਧੇ ਹੌਸਲੇ ਕੁੱਲ ਕਮਜ਼ੋਰਾਂ ਦੇ, ਟੁੱਟ ਜ਼ੋਰ ਗਏ ਸ਼ਾਹ ਜ਼ੋਰਾਂ ਦੇ, ਸੋਨਾ ਦੁਖੀਆਂ ਨੂੰ ਗੱਲ ਲਾਣ ਆਇਆ। ਕਾਇਨਾਤ ਦਾ ਬਣ ਕੇ ਇਮਾਮ ਆਇਆ ਉਹ ਜਿਹਦੇ ਹੁਸਨ ਉੱਤੇ ਰੱਬ ਵੀ ਨਾਜ਼ ਕਰੇ, ਆਪ ਹੀ ਬਣਾਇਆ, ਅੱਲਾ ਨੇ ਆਪ ਹੀ ਹਸਤੀ ਬਣਾਈ ਔਰ ਆਪ ਹੀ ਅੱਲਾ ਨਾਜ਼ ਕਰ ਰਹੇ ਨੇ। ਉਹ ਜਿਹਦੇ ਹੁਸਨ ਉੱਤੇ ਰੱਬ ਵੀ ਨਾਜ਼ ਕਰੇ ਉਹਦੇ ਨਾਲ ਕਿਹੜਾ ਪਰਵਾਜ਼ ਕਰੇ, ਤਾਹਾ ਯਾਸੀਨ ਮੁਜ਼ੰਮਲ ਦੇ, ਤਾਹਾ ਯਾਸੀਨ ਮੁਜ਼ੰਮਲ ਦੇ, ਪਾ ਰੱਬ ਕੋਲੋਂ ਲਗਬ ਤੇ ਸ਼ਾਨ ਆਇਆ। ਕਾਇਨਾਤ ਦਾ ਬਣ ਕੇ ਇਮਾਮ ਆਇਆ ਜਿੱਦੀ ਅਜ਼ਮਤਾਂ ਦੀ ਪੈ ਤੁਮ ਗਈ ਏ, ਕਾਇਨਾਤ ਦਾ ਕੱਲਾ ਇਮਾਮ ਆਇਆ ਸੋਨਾ ਲੱਭ ਜਦੋਂ ਖੋਲਦਾ ਸੀ, ਉਹ ਸੋਨਾ ਲੱਭ ਜਦੋਂ ਖੋਲਦਾ ਸੀ, ਉਹਦਾ ਰਹਿਮਤਾਂ ਮੋਤੀ ਰੋਲਦਾ ਸੀ, ਉਹਦੇ ਸੀਨੇ ਤੇ ਪਾਕ ਕੁਰਾਨ ਆਇਆ। ਕਾਇਨਾਤ ਦਾ ਬਣ ਕੇ ਇਮਾਮ ਆਇਆ ਜਿਹਦੀ ਅਜ਼ਮਤਾਂ ਦੀ ਪੈ ਤੁਮ ਗਈ ਏ, ਕਾਇਨਾਤ ਦਾ ਕੱਲਾ ਇਮਾਮ ਆਇਆ ਸਾਰੀ ਦੁਨੀਆ ਦਾ ਕੱਲਾ ਇਮਾਮ ਆਇਆ। ਹਜ਼ਰਤ ਮੈਂ ਅਰਜ਼ ਕਰ ਰਿਹਾ ਜਦੋਂ ਆਕਾ ਦੀ ਵਿਲਾਦਤ ਹੋਈ ਪੂਰੇ ਮੱਕੇ ਦੇ ਅੰਦਰ ਖੁਸ਼ੀ ਦੀ ਲਹਿਰ ਦੌੜ ਜਾਂਦੀ ਹੈ, ਮੱਕੇ ਦੇ ਅੰਦਰ ਆਮ ਦੇ ਰਸੂਲ ਦੀ ਖੁਸ਼ੀ ਮਨਾਈ ਜਾ ਰਹੀ ਹੈ। ਆਕਾ ਅਲੈਹਿਸ ਸਲਾਮ ਦੇ ਦਾਦਾ ਅਬਦੁਲ ਮੁਤਲਬ ਜਲਦੀ ਨਾਲ ਆਏ, ਜਦੋਂ ਸੁਣਦੇ ਨੇ ਤੁਹਾਡੇ ਘਰ ਪੋਤੇ ਦੀ ਪੈਦਾਇਸ਼ ਹੋਈ, ਆਗਾ ਜਲਦੀ ਆਗਾ ਦੇ ਦਾਦਾ ਜਨਾਬੇ ਅਬਦੁਲ ਮੁਤਲਿਬ ਜਲਦੀ ਦੇ ਨਾਲ ਘਰ ਆਏ, ਆ ਗਏ ਆਪਣੇ ਬੇਟੇ ਅਬਦੁੱਲਾ ਦੀ ਨਿਸ਼ਾਨੀ ਨੂੰ ਉਠਾਇਆ ਆਪਣੀ ਗੋਦ 'ਚ ਲੈ ਲੈਂਦੇ ਨੇ। ਫਿਰ ਇਹੋ ਹੀ ਸਰਦਾਰ ਅਬਦੁਲ ਮੁਤਲਿਬ ਆਗਾ ਨੂੰ ਲੈ ਕੇ ਬੈਤੁੱਲਾ ਦੇ ਅੰਦਰ ਚਲੇ ਜਾਂਦੇ ਨੇ। ਬੈਤੁੱਲਾ ਆ ਕੇ ਅੱਲਾ ਦੇ ਪਾਕ ਪੈਗੰਬਰ ਅਲੈਹਿਸ ਸਲਾਮ ਵਾਸਤੇ ਬਰਕਤ ਵਾਸਤੇ ਦੁਆਵਾਂ ਕਰਦੇ ਨੇ, ਅੱਲਾ ਰੱਬੁਲ ਆਲਮੀਨ ਦਾ ਸ਼ੁਕਰ ਅਦਾ ਕਰਦੇ ਨੇ। ਫਿਰ ਘਰ ਵਾਪਸ ਆਏ, ਉਧਰੋਂ ਸਾਰੀ ਦੁਨੀਆ ਦੇ ਅੰਦਰ ਜਸ਼ਨ ਦਾ ਸਮਾਂ ਆਏ। ਕੈਸਾ ਜਸ਼ਨ, ਅੱਜ ਕੱਲ੍ਹ ਦੇ ਜਸ਼ਨ ਦੇ ਨਾਮ ਦਿੱਤੇ ਜਾ ਰਹੇ ਨੇ, ਜਸ਼ਨ ਹੀ ਬੜੇ ਹੋ ਰਹੇ। ਜਸ਼ਨ ਮੌਲੂਦ ਕਾਬਾ,
ਉੱਥੇ ਬੈਨਰ ਲੱਗਣਾ ਜਸ਼ਨੇ ਦਰੂਦ ਸ਼ਰੀਫ, ਜਸ਼ਨੇ ਦਰੂਦ, ਦਰੂਦ ਦਾ ਜਸ਼ਨ ਹੋ ਰਿਹਾ, ਟੈਂਕੀ ਕੋਲ ਲੱਗਾ ਬੈਨਰ, ਜਸ਼ਨੇ ਦਰੂਦ ਸ਼ਰੀਫ। ਅੱਲਾਹ ਅਕਬਰ। ਹਜ਼ਰਤ ਆਮਦੇ ਰਸੂਲ ਦਾ ਜਸ਼ਨ ਮਨਾਉਣਾ, ਅੱਜ ਕੱਲ੍ਹ ਦੇ ਜਗ੍ਹਾ ਜਗ੍ਹਾ ਗਲੀ ਗਲੀ ਜਸ਼ਨ ਮਨਾਏ ਜਾ ਰਹੇ ਨੇ, ਨਮਾਜ਼ਾਂ ਦਾ ਪਤਾ ਨਹੀਂ, ਰੋਜ਼ੇ ਦਾ ਪਤਾ ਨਹੀਂ, ਸਦਕਾ ਖੈਰਾਤ ਦਾ ਪਤਾ ਨਹੀਂ, ਆਗਾ ਅਲੈਹਿ ਸਲਾਤੁ ਵਸਲਾਮ ਦੀ ਸੀਰਤ ਕਿਆ ਹੈ ਪਤਾ ਨਹੀਂ, ਆਗਾ ਅਲੈਹਿ ਸਲਾਮ ਦੀ ਤਾਲੀਮਾਤ ਕਿਆ ਹੈ ਪਤਾ ਨਹੀਂ। ਸਿਰਫ ਸਾਲ ਬਾਅਦ ਇੱਕ ਜਸ਼ਨ ਮਨਾਉਣਾ, 12 ਰਬੀਉਲ ਅਵਲ ਵਾਲੇ ਦਿਨ ਜਿਸ ਦਿਨ ਆਗਾ ਅਲੈਹਿ ਸਲਾਮ ਦੁਨੀਆ ਤੋਂ ਚਲੇ ਗਏ, ਉਸ ਦਿਨ ਇੱਕ ਜਸ਼ਨ ਮਨਾਉਣਾ ਔਰ ਮਹਿਫਲ ਕਰਾਉਣੀ ਹੈ ਸਾਰਾ ਸਾਰੀ ਵੇਲੇ, ਸਾਰਾ ਸਾਲ ਨਾ ਨਮਾਜ਼ ਦੀ ਫਿਕਰ, ਨਾ ਰੋਜ਼ੇ ਦੀ ਫਿਕਰ, ਨਾ ਦੀਨ ਦੇ ਕਿਸੇ ਹੋਰ ਰੁਕਨ ਦੀ ਫਿਕਰ, ਸਿਰਫ ਇੰਨਾ ਹੀ ਕਿ ਸਾਲ ਬਾਅਦ ਇੱਕ ਮਹਿਫਲ ਕਰੋ। ਜਿਹਨੇ ਮਹਿਫਲ ਨਾ ਕੀਤੀ ਉਹ ਮੁਸਲਮਾਨ ਹੀ ਨਹੀਂ, ਜਿਹਨੇ ਮਹਿਫਲ ਨਾ ਕੀਤੀ ਉਹ ਆਕਾ ਦਾ ਆਸ਼ਕ ਨਹੀਂ, ਆਸ਼ਕੇ ਰਸੂਲ ਨਹੀਂ। ਔਰ ਆਸ਼ ਕੈਸਾ ਆਸ਼ਕੇ ਰਸੂਲ ਹੈ, ਇਹ ਕੈਸਾ ਆਸ਼ਕੇ ਰਸੂਲ ਹੈ, ਕੈਸਾ ਇਸ਼ਕ ਹੈ, ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ। ਸਾਰਾ ਸਾਲ ਆਕਾ ਅਲੈਹਿ ਸਲਾਤੁ ਵਸਲਾਮ ਦੀ ਨਾ ਫਰਮਾਨੀ, ਜਗ੍ਹਾ ਜਗ੍ਹਾ ਦੇ ਆਕਾ ਅਲੈਹਿ ਸਲਾਮ ਦੀ ਨਾ ਫਰਮਾਨੀ, ਔਰ ਅਸੀਂ ਆਸ਼ਕੇ ਰਸੂਲ ਹਾਂ, ਅਸੀਂ ਆਕਾ ਦੇ ਮੰਨਣ ਵਾਲੇ ਹਾਂ। ਦੁਨੀਆ ਦੇ ਅੱਲਾਹ ਦੇ ਪਾਕ ਪੈਗੰਬਰ ਅਲੈਹਿ ਸਲਾਮ ਆਏ, ਹਰ ਪਾਸੇ ਖੁਸ਼ੀ ਮਨਾਈ ਗਈ, ਕੁਫਰ ਦਾ ਦੌਰ ਦੌਰਾ ਹੈ, ਲੇਕਿਨ ਇਸ ਕੁਫਰ ਦੇ ਗਏ ਗੁਜ਼ਰੇ ਦੌਰ ਅੰਦਰ ਵੀ ਅੱਲਾਹ ਦੇ ਪਾਕ ਪੈਗੰਬਰ ਅਲੈਹਿ ਸਲਾਮ ਦੀ ਵਿਲਾਦਤ ਦੀ ਖੁਸ਼ੀ ਦੇ ਅੰਦਰ ਪੂਰੀ ਤਾਰੀਖ ਪੜ੍ਹ ਕੇ ਵੇਖ ਲਓ, ਕਿਤੇ ਢੋਲ ਢਮੱਕਾ ਨਹੀਂ ਹੋਇਆ, ਕਿਤੇ ਐਸੇ ਜਸ਼ਨ, ਕਿਤੇ ਮਿਊਜ਼ਿਕ ਦੀਆਂ ਆਵਾਜ਼ਾਂ ਨਹੀਂ ਆਈਆਂ, ਕਿਤੇ ਮੌਸੀਕੀ ਦੀਆਂ ਆਵਾਜ਼ਾਂ ਨਹੀਂ ਆਈਆਂ, ਕਿਸੇ ਨੇ ਘੋੜੇ ਨਹੀਂ ਕੱਢੇ, ਕਿਸੇ ਗਧੇ ਨਹੀਂ ਕੱਢੇ, ਕੋਈ ਜਲੂਸ ਨਹੀਂ ਨਿਕਲਿਆ, ਕੋਈ ਗਲੇ 'ਚ ਹਾਰ ਪਾ ਕੇ ਕਿਸੇ ਭੰਗੜੇ ਨਹੀਂ ਪਾਏ, ਕਿਤੇ ਚੰਦੇ ਮੰਗ ਕੇ ਮਠਿਆਈਆਂ ਨਹੀਂ ਹੋਈਆਂ। ਅੱਲਾਹ ਦੇ ਪਾਕ ਪੈਗੰਬਰ ਆਏ, ਕੁੱਲ ਕਾਇਨਾਤ ਦੇ ਇਮਾਮ ਨੇ, ਦੁਨੀਆ ਦੀ ਤਾਰੀਖ ਪੜ੍ਹ ਕੇ ਵੇਖੋ, ਆਕਾ ਦੀ ਵਫਾਤ ਦੇ 600 ਸਾਲ ਬਾਅਦ ਤੱਕ ਕੁਰਾਨ ਮੌਜੂਦ ਸੀ, ਅਹਾਦੀਸ ਮੌਜੂਦ ਸਨ, ਔਲੀਆ ਮੌਜੂਦ ਸਨ, ਇਮਾਮ ਮੌਜੂਦ ਸਨ, ਕਿਤਾਬਾਂ ਮੌਜੂਦ ਸਨ, ਮਗਰ ਫਿਰ ਵੀ ਕਿਸੇ ਨੇ ਮਿਲਾਦ ਨਹੀਂ ਮਨਾਇਆ, ਕਿਸੇ ਨੇ ਇਹ ਬਾਜ਼ਾਰਾਂ ਦੇ ਅੰਦਰ ਜਿਹੜੀ ਰੋਸ਼ਨੀਆਂ ਔਰ ਜੋ ਕੁਛ ਵੀ ਹੋ ਰਿਹਾ ਇਹ ਕਿਸੇ ਨਹੀਂ ਮਨਾਇਆ। ਆਕਾ ਦੀ ਵਫਾਤ ਤੋਂ 600 ਸਾਲ ਬਾਅਦ ਤੱਕ ਇਹ ਤਰੀਕਾ ਕਿਤੇ ਨਜ਼ਰ ਨਹੀਂ ਆ ਰਿਹਾ। ਹਜ਼ਰਤ ਸ਼ਰੀਅਤ ਉਹ ਹੁੰਦੀ ਹੈ ਜੋ ਕੁਰਾਨ ਤੋਂ ਸਾਬਤ ਹੋਏ, ਸ਼ਰੀਅਤ ਉਹ ਹੁੰਦੀ ਹੈ ਜੋ ਹਦੀਸੇ ਮੁਸਤਫਾ ਤੋਂ ਸਾਬਤ ਹੋਏ, ਸ਼ਰੀਅਤ ਉਹ ਹੁੰਦੀ ਹੈ ਜੋ ਖੁਲਫਾਏ ਰਾਸ਼ਦੀਨ ਤੋਂ ਸਾਬਤ ਹੋਏ, ਔਰ ਜੋ ਚੀਜ਼ ਆਕਾ ਦੇ ਜਾਣ ਦੇ 600 ਸਾਲ ਬਾਅਦ ਜਾਰੀ ਹੋਏ, ਉਹ ਚੀਜ਼ ਨਜ਼ੂਲੇ ਕੁਰਾਨ ਦੇ 600 ਸਾਲ ਬਾਅਦ ਇਜਾਦ ਹੋਏ, ਜੋ ਅਮਲ ਖੁਲਫਾਏ ਰਾਸ਼ਦੀਨ ਤੋਂ 500-600 ਸਾਲ ਬਾਅਦ ਇਜਾਦ ਹੋਏ, ਉਹ ਸ਼ਰੀਅਤ ਕਿਵੇਂ ਬਣ ਸਕਦਾ? ਬਾਅਦ ਜਾਰੀ ਹੋਣ ਵਾਲਾ ਅਮਲ ਬਿਦਤ ਬਣ ਸਕਦਾ, ਰਸਮ ਬਣ ਸਕਦੀ ਹੈ, ਲੇਕਿਨ ਸ਼ਰੀਅਤ ਨਹੀਂ ਬਣ ਸਕਦੀ। ਹਜ਼ਰਤ ਮੈਂ ਅਜੇ ਬਾਤ ਕਰਨਾ ਚਾਹੁੰਦਾ, ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਕਿ ਭਾਈਓ, ਜਿਸ ਅਕੀਦਤ ਦੇ ਨਾਲ ਮਿਲਾਦ ਮਨਾਇਆ ਜਾਂਦਾ ਹੈ, ਜਿਸ ਅਕੀਦਤ ਨਾਲ ਜੋਸ਼ੋ ਜਜ਼ਬੇ ਨਾਲ ਮਿਲਾਦ ਮਨਾਉਂਦੇ ਹੋ, ਜਲੂਸ ਕੱਢਦੇ ਹੋ ਨਾ, ਜਿਸ ਜਿੰਨਾ ਇਹਤਰਾਮ ਕੱਢਦੇ ਹੋ, ਆਓ ਉਸ ਅਕੀਦੇ ਦੇ ਨਾਲ ਆਕਾ ਅਲੈਹਿ ਸਲਾਮ ਦੀ ਫਰਮਾ ਬਰਦਾਰੀ ਵੀ ਕਰ ਲਓ, ਉਸੇ ਜੋਸ਼ੋ ਜਜ਼ਬੇ ਨਾਲ ਆਕਾ ਦੀ ਸੁਨਤ ਤੇ ਅਮਲ ਵੀ ਕਰ ਲਓ, ਜਿਸ ਜਜ਼ਬੇ ਨਾਲ ਸਾਲ 'ਚ ਇੱਕ ਦਿਨ ਮਨਾਇਆ ਜਾਂਦਾ, ਉਸ ਜਜ਼ਬੇ ਨਾਲ ਨਮਾਜ਼ ਦੀ ਪਾਬੰਦੀ ਵੀ ਕਰ ਲਓ, ਇਸ ਮੁਹੱਬਤ ਔਰ ਇਹਤਰਾਮ ਦੇ ਨਾਲ ਆਕਾ ਅਲੈਹਿ ਸਲਾਤੁ ਵਸਲਾਮ ਦੇ ਫਰਮਾਨ ਦੇ ਮੁਤਾਬਕ ਜ਼ਿੰਦਗੀ ਵੀ ਗੁਜ਼ਾਰ ਲਓ। ਸਿਰਫ ਆਮਦੇ ਰਸੂਲ ਦਾ ਜਸ਼ਨ ਮਨਾਉਣਾ ਨਜਾਤ ਦਾ ਜ਼ਰੀਆ ਨਹੀਂ ਬਣੇਗਾ, ਬਲਕਿ ਕਿਆਮਤ ਵਾਲੇ ਦਿਨ ਨਜਾਤ ਮਿਲੇਗੀ ਅਤੇ ਆਕਾ ਦੀ ਸੀਰਤ ਨੂੰ ਅਪਣਾਉਣ ਨਾਲ ਮਿਲੇਗੀ, ਅੱਲਾਹ ਦੇ ਪਾਕ ਪੈਗੰਬਰ ਅਲੈਹਿ ਸਲਾਮ ਦੇ ਮਿਸ਼ਨ ਤੇ ਅਮਲ ਕਰਨ ਨਾਲ ਮਿਲੇਗੀ। ਹਜ਼ਰਤ ਅਰਜ਼ ਮੈਂ ਇਹ ਕਰ ਰਿਹਾ, ਆਕਾ ਦੁਨੀਆ ਦੇ ਅੰਦਰ ਤਸ਼ਰੀਫ ਲੈ ਆਏ, ਸੈਯਦਾ ਆਮਨਾ ਨੇ ਆਪਣੇ ਇਸ ਪਿਆਰੇ ਬੇਟੇ ਦਾ ਨਾਮ ਅਹਿਮਦ ਰੱਖਿਆ। ਸੈਯਦਾ ਆਮਨਾ ਫਰਮਾਉਂਦੀਆਂ ਨੇ,
مینو ایک دفعہ خواب آیا، خواب دے اندر مینو یہ دسیا گیا کہ اللہ تینوں ایک بیٹا عطا کرے گا، اللہ تینوں ایک بیٹا عطا کرے گا، چاند جیسا مکھڑا اللہ تینوں عطا کرے گا، تو اپنے بیٹے دا نام احمد رکھ دیویں۔ اللہ اکبر! اجے آقا علیہ السلام اپنی والدہ دے شکم دے اندر نے خواب وچ دسیا جا رہا اپنے بیٹے دا نام احمد رکھی، کہن والے بڑے انداز نال کہیں دے اجے شکم مائے مادر وچ آئے پیغمبر، کہ کئی واری ستیاں ہویا خواب اندر، مائی آمنا نوے بتایا گیا سی، قدرتوں سبق اے پڑھایا گیا سی، تیرے بچے جیسا کروڑی نہ لکھی، تیرے بچے جیسا کروڑی نہ لکھی، تیرے بچے جیسا کروڑی نہ لکھی، تو اپنے بچے دا نام احمد رکھی۔ بھائی آمنا نے آقا دا نام احمد رکھیا، ادھروں آقا علیہ السلام دے دادا عبد المطلب آ جاندے نے، او آقا دی زیارت کردے نے، پھر اعلان کردے نے او لوگو میرے اس پوتے دا نام محمد ہوئے گا، دادا نے آقا دا نام محمد رکھیا، برادری دے لوگاں نوں پتا چلیا، ساری برادری جمع ہو جاندی ہے، سارا قبیلہ اکٹھا ہو جاندا ہے، مکے دے سارے لوگ آ کے آندے نے، سردار عبد المطلب نو پوتے دی ولادت دی مبارک دے رہے نے، ایک بندہ سوال کر دیندا ہے، کہن لگا سردار جی دسو نا ذرا تسا اپنے پوتے دا نام کی رکھیا، برادری والے نے جدوں عبد المطلب دے کولوں نام سنیا کہ میں اپنے پوتے دا نام محمد رکھیا، محمد دا نام سن کے بڑے حیران ہوئے، کہن لگے اے عبد المطلب اے دے بڑا عجیب نام ہے، بڑا انوکھا جا نام ہے، آج تک یہ نام کدے رکھیا ہی نہیں، آج تک دے نام کسے سنیا ہی نہیں۔ اب بقول سید الفت کہیں آقا دے چاچے بابے تے تائے، آقا جا سات دن دے ہوئے تائے، اکٹھے ہو کس دعوت بیندے نے سارے، کٹھے ہو کے دعوت بیندے نے سارے، سونے دے دادا نو کہندے نے سارے، جو عبداللہ دی بن نشانی ہے آیا، جو عبداللہ دی بن نشانی ہے آیا، کی نام بچے دا رکھیا رکھایا، اے دادا نے سن کے تے اگوں سنایا، میں اس لڑکے دا نام محمد رکھایا، محمد جا سنیا تے پہ گئے ککارے، محمد جا سنیا تے پہ گئے ککارے، سونے دے دادے نو کہندے نے سارے، عبدالعزارک وقت دے نام ایسن کہ بتاں دے ناماں دے نام رکھے جاندے، بتاں دے ناماں دے کنیت رکھی جاندی، عبدالعزارک یا عبد مناتی، اے پھر بھی تا ہندی کوئی گل باتی، اے ساڈے نزدیک اے ساڈے نزدیک تے انوکھا اوکھا جیا اے، اے ساڈے نزدیک اوکھا جیا اے، اے تے نام محمد انوکھا جیا اے، دادا نے سنیا تے اندر صدائے، پوتے نو گودی وچ اٹھا کے لے آئے، لگے کہن سب نو لو اکاں تے چکو، میرے سونے پوتے دا مکھڑا دا دکو، جنوں تک تک کے نہیں رجدیاں اکاں، جنوں تک تک کے نہیں رجدیاں۔